अज असी अपने स्रोतिया नू लाइव पंजाब न्यूज दे लड़ीवार चल रहे पौद्यां दी जानकारी लई अज अवतार सिंह नागरा जी सानू एक अंब दे बूटे दी जानकारी बारे दसणगे कि जिहड़ा अंब दा बूटा ई इहदे की सानू फायदे है ते कदों किहड़ी रुत्त विच लाउणा चाहीदा। अज असी ये पूरी जानकारी अवतार सिंह नागरा जी कोल लवांगे। अवतार सिंह नागरा जी ये साडे स्रोतियां नू दस्यो भी अंब दा बूटा जिहड़ा ये किहड़े महीने सानू लाउणा चाहीदा। सत श्री अकाल जी, वाहिगुरू जी का खालसा वाहिगुरू जी की फतेह। जी जिहड़ा अंब दा बूटा जी इसनू आपां सौण भादों दे विच ला सकते हैं, मतलब अपना अगस्त और सितंबर के महीने में ये बूटे लगते हैं जो बरसात होंगी है। हुण आपां इस टाइम जिहड़ी किस्म दे कोल खड़े हैं ये अंब की किस्म अमरपाली जी। ये अंब जिहड़ा अमरपाली अंब है जी? हाँ जी, ये अमरपाली अंब। ये कुछ अपने अजकल शहरां दे विच भी जगह बहुत घट गई आ। ये बूटे की खासियत यह है भी छोटी हाइट ते रहिंदा वा। ਇਹ ਗਮਲੇ ਵਗੈਰਾ ਚ ਵੀ ਲੱਗ ਜਾਂਦਾ ਜਾਂ ਜ਼ਮੀਨ ਤੇ ਲੱਗਦਾ ਜੀ? ਇਹਨੂੰ ਆਪਾਂ ਵੱਡੇ ਗਮਲੇ ਦੇ ਵਿੱਚ ਵੀ ਲਾ ਸਕਦੇ ਹਾਂ। ਇਹ ਜ਼ਮੀਨ ਦੇ ਵਿੱਚ ਵੀ ਰਹਿੰਦਾ, ਜ਼ਿਆਦਾ ਹਾਈਟ ਨਹੀਂ ਕਰਦਾ, ਛੋਟੀ ਹਾਈਟ ਤੇ ਇਹ ਫਲ ਦੇ ਦਿੰਦਾ ਜੀ। ਤੇ ਇਹਦੀ ਹਾਈਟ ਕਿੰਨੀ ਕੁ ਹੋ ਜਾਂਦੀ ਹੈ ਜੀ? ਇਹ ਮੈਕਸੀਮਮ ਇਹਦੀ ਹਾਈਟ 8 ਕੁ ਫੁੱਟ ਤੱਕ ਜਾਂਦੀ ਹੈ ਗਮਲੇ ਵਿੱਚ ਹੀ। ਗਮਲੇ ਦੇ ਵਿੱਚ ਇਹਦੀ ਹਾਈਟ 4-5 ਫੁੱਟ ਹੋਏਗੀ, ਜ਼ਮੀਨ ਦੇ ਵਿੱਚ ਇਹਦੀ ਮੈਕਸੀਮਮ 8 ਫੁੱਟ ਹੁੰਦੀ ਹੈ। ਤੇ ਇਹ ਕਿੰਨੀ ਦੇਰ ਬਾਅਦ ਇਹ ਸਾਨੂੰ ਫਲ ਦੇ ਦੂਗਾ ਜੀ? ਇਹ ਬੂਟੇ ਹੁਣ ਜਿਹੜੇ ਹੈ ਇਹ ਆਪਣੇ 2-2 ਸਾਲ ਦੇ ਹੋ ਗਏ ਨੇ, ਅਤੇ ਇਹਨਾਂ ਨੂੰ ਆਪਣਾ ਅੰਬ ਦਾ ਕੋਈ ਵੀ ਬੂਟਾ ਵਾ ਉਹਨੂੰ ਜ਼ਮੀਨ ਤੋਂ ਲਾਉਣ ਤੋਂ ਬਾਅਦ 2 ਸਾਲ ਬਾਅਦ ਫਲ ਲੈਣਾ, ਉਹਦੇ ਪਹਿਲੇ 2 ਸਾਲ ਉਹਦਾ ਬੂਰ ਝਾੜ ਦੇਣਾ ਜਾਂ ਤਾਂ ਕਿ ਇਹਦਾ ਤਣਾ ਮਜ਼ਬੂਤ ਹੋ ਜਾਵੇ, ਉਸ ਤੋਂ ਬਾਅਦ ਇਹ ਤੋਂ ਫਲ ਲਿਆ ਜਾਣਾ ਚਾਹੀਦਾ। 2 ਸਾਲ ਬਾਅਦ ਅੰਬ ਦੇ ਬੂਟੇ ਤੋਂ ਫਲ ਲਓ। ਮਤਲਬ ਜਿਹੜਾ ਗਮਲੇ 'ਚ ਵੀ ਲਾਵਾਂਗੇ ਜਾਂ ਜ਼ਮੀਨ 'ਚ ਲਾਵਾਂਗੇ, ਹਾਂਜੀ, ਇਹ ਬੂਟਾ ਸਾਨੂੰ 2 ਸਾਲ ਬਾਅਦ ਫਲ ਦੇ ਦੂਗਾ। ਹਾਂਜੀ, ਅਤੇ ਹੁਣ ਇਹਨਾਂ ਨੂੰ ਆ ਜੁਲਾਈ ਮਹੀਨੇ ਜਾਂ ਅਗਸਤ ਮਹੀਨੇ ਵਿੱਚ ਇਹਨੂੰ ਅਸੀਂ ਲਗਾ ਸਕਦੇ ਹਾਂ, ਜਿਵੇਂ ਸਾਉਣ ਭਾਦੋ ਵੀ ਆਪਾਂ ਕਹਿ ਦਿੱਤਾ, ਜੁਲਾਈ ਤੋਂ ਲੈ ਕੇ ਆਪਾਂ ਸਤੰਬਰ ਤੱਕ ਕਿਸੇ ਵੀ ਮਹੀਨੇ 'ਚ ਇਹਨਾਂ ਨੂੰ ਲਾ ਸਕਦੇ, ਜੁਲਾਈ ਤੋਂ ਲੈ ਕੇ ਸਤੰਬਰ ਤੱਕ ਇਹ ਲਗਾ ਸਕਦੇ ਹਾਂ। ਅਤੇ ਇਹ ਜ਼ਰਾ ਥੋੜ੍ਹਾ ਫਲ ਦੇ ਬਾਰੇ ਦੱਸਿਓ ਵੀ ਇਹ ਅੰਬ ਦਾ ਜਿਹੜਾ ਫਲ ਹੈ ਇਹਦੇ ਕੀ ਫਾਇਦੇ ਹੋ ਸਕਦੇ ਆ ਜੀ? ਜਿਹੜਾ ਆਪਣਾ ਘਰ ਦਾ ਆਪਣਾ ਅੰਬ ਲੱਗਾ ਵਾ ਉਹਦਾ ਟੇਸਟ ਅਲੱਗ ਹੀ ਹੁੰਦਾ ਜੀ। ਹੁਣ ਆਪਾਂ ਨੂੰ ਬਾਜ਼ਾਰ 'ਚ ਪਤਾ ਹੀ ਆ ਮਾਰਕੀਟ ਦੇ ਵਿੱਚ ਕੀ ਆ ਰਿਹਾ, ਉਹਨਾਂ ਨੂੰ ਕਾਰਬੇਟ ਲਗਾ ਕੇ ਪਕਾਉਂਦੇ ਆ, ਔਰ ਜਿਹੜਾ ਆਪਣੇ ਘਰ ਦੇ ਪੱਕਿਆ ਅੰਬ ਖਾਵਾਂਗੇ ਉਹ ਪੂਰਾ ਹੀ ਮੈਡੀਸਨ ਗੁਣ ਹੁੰਦੇ ਆ। ਆਪਣੇ ਅੰਬ ਲੱਗੇ ਆ, ਆਪਾਂ ਅਗਰ ਟਪਕਿਆ ਅੰਬ ਥੱਲਿਓ ਚੱਕ ਕੇ ਚੁੱਪਾਂਗੇ ਜਦੋਂ ਹਨੇਰੀ ਡਿੱਗ ਜਾਂਦੇ ਆ ਕੱਚ ਪੱਕੇ ਜੇ, ਤੋ ਆਪਣੇ ਪੇਟ ਦੀ ਕਦੀ ਅਗਨ ਨਹੀਂ ਵਧਣ ਦਿੰਦੇ, ਪੂਰਾ ਸਾਲ ਉਹਦੀ ਗਰਮੀ ਨੋਰਮਲ ਰੱਖਦੇ ਆ। ਔਰ ਇਹਦਾ ਇੱਕ ਹੋਰ ਆ ਵੀ ਆਪਣੇ ਅੰਬਾਂ ਨੂੰ ਜਦੋਂ ਬੂਰ ਪੈਂਦਾ ਵਾ ਇਹਦਾ ਬੂਰ ਲਾ ਕੇ ਆਪਾਂ ਆਪਣੇ ਹੱਥਾਂ 'ਤੇ ਮਲੀਏ ਇੱਕ ਮਹੀਨਾ ਲਗਾਤਾਰ, ਅਤੇ ਆਪਣੇ ਜਿੱਦਾਂ ਕਈ ਵਾਰੀ ਭੁੰਡੀ ਲੱਗ ਜਾਏਗੀ ਜਾਂ ਕੁਛ ਲੜ ਗਿਆ ਉਹਦੀ ਸੋਜਿਸ਼ ਨਹੀਂ ਪੈਂਦੀ। ਉਹਦਾ ਜਿਹੜਾ ਪੋਇਜ਼ਨ ਹੁੰਦਾ ਉਹ ਵੀ ਮਰ ਜਾਂਦਾ ਕਿ ਕੱਲੀ ਸੋਜ ਹੀ ਮਰਦੀ ਹੈ? ਇਹ ਉਹਨੂੰ ਪੋਇਜ਼ਨ ਨੂੰ ਖਤਮ ਕਰ ਦਿੰਦਾ, ਨਾ ਹੀ ਆਪਣੇ ਲੜੇ ਦਰਦ ਹੁੰਦਾ ਨਾ ਹੀ ਸੋਜਿਸ਼ ਪੈਂਦੀ। ਫਿਰ ਜਿੱਦਾਂ ਮੱਖੀ ਮੱਛਰ ਵਗੈਰਾ ਇੱਦਾਂ ਦੀਆਂ ਚੀਜ਼ਾਂ ਵੀ ਇਹ ਫਿਰ ਰੋਕ ਸਕਦਾ ਹੈ? ਹਾਂਜੀ ਜੀ, ਠੀਕ ਹੈ। ਇਹਦੇ ਬਾਰੇ ਇਹ ਅੰਬ ਦਾ ਜਿਹੜਾ ਬੂਟਾ ਸੀ ਇਹ ਕਿੰਨੀ ਦੇਰ ਤੱਕ ਜਦੋਂ ਆਪਾਂ ਅੰਬ ਖਾ ਲੈਂਦੇ ਹਾਂ ਅਤੇ ਇਹਦਾ ਜਿਹੜਾ ਅਸਰ ਹੈ ਇਹ ਕਿੰਨੀ ਦੇਰ ਤੱਕ ਰਹਿੰਦਾ ਸੀ? ਜਿੱਦਾਂ ਸਾਨੂੰ ਸਰਦਾਰ ਸੁਰਿੰਦਰ ਸਿੰਘ ਨਾਗਰਾ ਜੀ ਨੇ ਦੱਸਿਆ ਵੀ ਇਹਦਾ ਜਿਹੜਾ ਅਸਰ ਹੈ 1 ਸਾਲ ਤੱਕ ਇਹ ਪੇਟ 'ਚ ਰਹਿੰਦਾ ਸੀ ਜਦੋਂ ਅਸੀਂ ਸੀਜ਼ਨ 'ਤੇ ਇਹਨੂੰ ਖਾ ਲਈਦਾ। ਹਾਂਜੀ, ਇਹਦੇ ਬਾਰੇ ਵੀ ਥੋੜ੍ਹਾ ਸਰੋਤਿਆਂ ਨੂੰ ਦੱਸਿਓ ਜੀ। ਜਿਹੜਾ ਆਪਣਾ ਟਪਕਿਆ ਅੰਬ ਹੁੰਦਾ ਨਾ, ਪਹਿਲਾਂ ਕਈ ਲੋਕ ਕਹਿੰਦੇ ਟਪਕਿਆ ਅੰਬ ਚਾਹੀਦਾ, ਉਹ ਅੱਜ ਕੱਲ੍ਹ ਬਹੁਤ ਘੱਟ। ਟਪਕਿਆ ਅੰਬ ਅਗਰ ਆਪਾਂ ਚੂਪ ਲੈਂਦੇ ਹਾਂ ਅਤੇ ਉਹ ਆਪਣੇ ਪੂਰੇ 1 ਸਾਲ ਆਪਣੇ ਪੇਟ ਦੀ ਅਗਨ ਨਹੀਂ ਵਧਣ ਦਿੰਦਾ, 1 ਸਾਲ ਤੱਕ ਉਹਦਾ ਅਸਰ ਰਹਿੰਦਾ। ਆਪਾਂ ਇਸ ਅੰਬ ਨੂੰ ਵੀ ਅਗਰ ਖਾਵਾਂਗੇ ਤਾਂ ਆਪਾਂ ਨੂੰ ਕੋਈ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਮਤਲਬ ਅੰਬ ਦਾ ਇਹ ਜਿਹੜਾ ਫਲ ਹੈ ਇਹ ਕਾਫੀ ਬਿਮਾਰੀਆਂ ਤੋਂ ਵੀ ਬਚਾਉਂਦਾ ਜੀ ਸਾਨੂੰ, ਅਤੇ 1 ਸਾਲ ਤੱਕ ਇਹਦਾ ਅਸਰ ਰਹਿੰਦਾ ਜੀ ਜੇ ਅਸੀਂ ਟਪਕਿਆ ਅੰਬ ਖਾਈਏ। ਹਾਂਜੀ, ਅਤੇ ਇਹਨੂੰ ਮਸਾਲੇ ਨਾਲ ਨਹੀਂ ਪਕਾਉਣਾ ਚਾਹੀਦਾ, ਨੈਚੁਰਲ ਪਕਾਉਣੇ, ਕੋਈ ਮਸਾਲਾ ਵਗੈਰਾ ਨਹੀਂ। ਹਾਂ, ਇਹਨੂੰ ਨੈਚੁਰਲ ਹੀ ਪਕਾਇਆ ਜਾਵੇ। ਹਾਂਜੀ, ਤਾਂ ਜਿਉਂ ਇਹਦਾ ਸਾਰੇ ਸਾਡੇ ਵੀਰ ਇਹਦਾ ਸਹੀ ਫਾਇਦਾ ਲੈ ਸਕਣ।
ਮਸਾਲਿਆਂ ਤੋਂ ਤੇ ਵੈਸੇ ਵੀ ਨਾਗਰਾ ਸਾਹਿਬ ਹੁਣ ਬਚਣਾ ਚਾਹੀਦਾ ਤੇ ਹੁਣ ਤੇ ਨੈਚੁਰਲ ਚੀਜ਼ਾਂ ਹੀ ਆਪਾਂ ਨੂੰ ਲੈਣੀਆਂ ਵੀ ਚਾਹੀਦੀਆਂ ਤੇ ਹੋਰ ਵੀ ਤੁਸੀਂ ਕੋਈ ਸੁਨੇਹਾ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ ਜੀ? ਹਾਂਜੀ, ਆਪਾਂ ਕੋਈ ਵੀ ਬੂਟਾ ਲੈਣਾ ਵਾ ਉਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫਿਰ ਲਓ, ਕਿਉਂਕਿ ਆਪਾਂ ਨੂੰ ਬਹੁਤ ਸਾਰੇ ਨਕਲੀ ਬੂਟੇ ਵੀ ਮਿਲ ਜਾਂਦੇ ਆ, ਅਮਰਪਾਲੀ ਕਹਿ ਕੇ ਜਾਂ ਮਲਿਕਾ ਕਹਿ ਕੇ ਕੁਛ ਹੋਰ ਬੂਟੇ ਦੇ ਦਿੰਦੇ ਆ ਜਿਹੜੇ ਅਸਲੀ ਨਹੀਂ ਨਿਕਲਦੇ। ਉਹ ਕੀ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਬੂਟਾ ਕਿਹੜਾ ਹੀ ਹੈ ਨਾ? ਹਾਂਜੀ। ਲਾਈਵ ਪੰਜਾਬ ਨਿਊਜ਼ ਦੀ ਟੀਮ ਵੱਲੋਂ ਅਵਤਾਰ ਸਿੰਘ ਨਾਗਰਾ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਅੱਜ ਅੰਬ ਦੇ ਬੂਟੇ ਦੀ ਜਾਣਕਾਰੀ ਦਿੱਤੀ ਹੈ ਅਤੇ ਅੰਬ ਦੇ ਬੂਟੇ ਨਕਲੀ ਵੀ ਇਹਨਾਂ ਨੇ ਦੱਸਿਆ ਵੀ ਪਾਏ ਜਾਂਦੇ ਆ, ਇਹਨਾਂ ਤੋਂ ਬਚਣਾ ਚਾਹੀਦਾ। ਲਾਈਵ ਪੰਜਾਬ ਨਿਊਜ਼ ਵੱਲੋਂ ਰੇਸ਼ਮ ਨਰਸਰੀ ਅਵਤਾਰ ਸਿੰਘ ਨਾਗਰਾ ਜੀ ਦਾ ਧੰਨਵਾਦ।